ਜਿਹੜਾ ਨਾ ਜ਼ੀਰੋ ਲਾਈਨ ਦੇ ਨਾਲ ਨਾਲ ਕੰਮ ਕਰ ਰਿਹਾ ਇਹ ਸਾਹਮਣੇ ਇੱਕ ਇੰਡੀਆ ਦਾ ਟਰੈਕਟਰ ਜਾ ਰਿਹਾ ਜਿਹੜਾ ਕਿ ਇਹਦੀ ਚੈੱਕ ਪੋਸਟ ਹੈਗੀ ਹੈ ਜਿਹੜੀ ਕਿ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਇਹ ਰਮਿੰਦਰਪੁਰ ਪਿੰਡ ਜਿਹੜਾ ਹੈਗਾ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਹੈਗਾ ਵਾਲੇ ਨੂੰ ਅਸੀਂ ਆਹ ਹੋ ਕੇ ਜੰਡੀਆਂ ਜੁੰਡੀਆਂ ਉਹਦੇ ਉੱਪਰ ਇੰਡੀਆ ਵਾਲਿਆਂ ਨੂੰ ਦਵਾਈਆਂ ਕਾਸ਼ ਬਈਆ ਜਿਹੜਾ ਸਾਹਮਣੇ ਇੰਡੀਆ ਦਾ ਪਿੰਡ ਹੈਗਾ ਇਹਦਾ ਨਾਂ ਕੀ ਹੈਗਾ? ਇਹਦਾ ਨਾਂ ਹੈ ਰਮਿੰਦਰਪੁਰ। ਰਮਿੰਦਰਪੁਰ? ਹਾਂਜੀ, ਅਸਲਾਮ ਅਲੈਕੁਮ ਨਾਜ਼ਰੀਨ, ਕੀ ਹਾਲ ਚਾਲ ਨੇ? ਉਮੀਦ ਕਰਦੇ ਹਾਂ ਕਿ ਸਾਰੇ ਬਈ ਠੀਕ ਹੋ ਸਕਦੇ। ਮੈਂ ਹਾਂ ਜੀ ਅਬਦੁਲ ਕਦੀਰ, ਤੁਸੀਂ ਵੇਖਦੇ ਪਏ ਨਾ ਸਾਡੇ ਯੂਟਿਊਬ ਚੈਨਲ ਜੇਡੂ ਵਲੌਗ। ਅੱਜ ਫਿਰ ਇੱਕ ਨਵਾਂ ਅਤੇ ਜ਼ਬਰਦਸਤ ਬਾਰਡਰ ਦਾ ਵਲੌਗ ਲੈ ਕੇ ਹਾਜ਼ਰ ਹੋਏ ਹਾਂ। ਅੱਜ ਜਿਹੜੇ ਪਿੰਡ ਦਾ ਤੁਹਾਨੂੰ ਵਿਜ਼ਿਟ ਕਰਵਾਉਣ ਵਾਲੇ ਹੈ, ਇਸ ਪਿੰਡ ਦਾ ਨਾਂ ਹੈਗਾ ਰਮਿੰਦਰਪੁਰ ਅਤੇ ਇਹਨਾਂ ਦਾ ਸ਼ਹਿਰ ਜਿਹੜਾ ਪੈ ਜਾਂਦਾ ਉਹ ਗੰਗਾ ਨਗਰ ਪੈ ਜਾਂਦਾ। ਅਤੇ ਅੱਜ ਨੇ ਮੇਰੇ ਨਾਲ ਮੇਰੇ ਕੁਝ ਦੋਸਤ ਜਿਹੜੇ ਕਿ ਅਸੀਂ ਇਕੱਠੇ ਚੱਲੇ ਹਾਂ ਇੰਡੀਆ ਦਾ ਬਾਰਡਰ ਵੇਖਣ ਵਾਸਤੇ ਅਤੇ ਫੁੱਲ ਇੰਜੋਏ ਮਸਤੀਆਂ ਕਰ ਰਹੇ ਨੇ। ਵੱਡਾ ਮੋਟਰਸਾਈਕਲ ਹੈ ਅਤੇ ਚਾਰ ਸਵਾਰੀਆਂ ਨੇ ਅਤੇ ਵੇਖ ਸਕਦੇ ਨੇ ਤੁਸੀਂ ਨਾਜ਼ਰੀਨ ਨੇ ਦੂੜਾਂ ਪੱਟੀਆਂ ਆਉਂਦੇ ਨੇ। ਅਧੇਰੀ ਖੈਰ ਹੈ, ਅਧੇਰੀ ਖੈਰ ਹੈ। ਉਸਤਾਦ ਦੀ ਡਰਾਈਵਰੀ ਕਮਾਲ ਦੀ ਹੈਗੀ ਹੈ। ਟਿੱਬਿਆਂ ਦੇ ਵਿੱਚੋਂ ਦੀ ਜਾਣਾ ਪੈਂਦਾ ਬਾਰਡਰ 'ਤੇ, ਕਿਉਂਕਿ ਬਾਰਡਰ 'ਤੇ ਸਾਰੇ ਟਿੱਬੇ ਹੀ ਹੈਗੇ ਨੇ। ਅਤੇ ਕਾਸ਼ ਬਈਆ ਜਿਹੜਾ ਸਾਹਮਣੇ ਇੰਡੀਆ ਦਾ ਪਿੰਡ ਹੈਗਾ ਇਹਦਾ ਨਾਂ ਕੀ ਹੈਗਾ? ਇਹਦਾ ਨਾਂ ਹੈ ਰਮਿੰਦਰਪੁਰ। ਰਮਿੰਦਰਪੁਰ? ਤਾਂ ਨਾਜ਼ਰੀਨ ਵੇਖ ਸਕਦੇ ਨੇ ਇਹ ਤਾਂ ਨੈਟਵਰਕ ਇੱਕ ਤਾਂ ਘਾਟ ਆਉਂਦਾ, ਅਸੀਂ ਮੈਪ ਤੋਂ ਚੈੱਕ ਕੀਤਾ ਇਹ ਇਸ ਪਿੰਡ ਦਾ ਨਾਂ ਹੈਗਾ ਰਮਿੰਦਰਪੁਰ। ਤੇ ਅਸੀਂ ਬਿਲਕੁਲ ਵੇਖ ਲਵੋ ਕਿੰਨਾ ਦੂਰ ਖੜੇ ਹੈ ਬਾਰਡਰ ਤੋਂ ਆ ਵਿੱਚ ਬਸ ਆਪਣੀ ਦੂਧ ਨਹਿਰ ਹੈ। ਨਹਿਰ ਹੈ, ਨਹਿਰ ਤੋਂ ਬਾਅਦ ਥੋੜਾ ਜਿਹਾ ਅੱਗੇ ਕਿੱਲਾ ਕੁ ਛੱਡਦੇ ਆ, ਅੱਗੇ ਇੰਡੀਆ ਸ਼ੁਰੂ ਹੋ ਜਾਂਦਾ। ਇੰਡੀਆ ਸ਼ੁਰੂ ਹੋ ਵੇਖ ਸਕਦੇ ਨਾਜ਼ਰੀਨ, ਬਸ ਸਿਰਫ ਨਹਿਰ ਹੈਗੀ ਹੈ, ਨਹਿਰ ਦਾ ਪਰਲਾ ਜਿਹੜਾ ਕਿਨਾਰਾ ਹੈਗਾ ਉਹ ਸਰਹੱਦ ਹੈਗੀ ਹੈ। ਇਹ ਸਾਰੇ ਇੰਡੀਆ ਦੇ ਘਰ ਹੈਗੇ ਨੇ। ਅੱਛਾ, ਇਹ ਤਾਂ ਫਿਰ ਲੋਕ ਨਹਿਰ ਤੇ ਵੀ ਆਉਂਦੇ ਹੋ ਉਹਨਾਂ ਦੇ ਇੰਡੀਆ ਤੇ? ਅੱਛਾ, ਮੈਂ ਤਾਂ ਕਹਿੰਦਾ ਨਵਾਂ ਨਵਾਂ ਆਉਂਦੇ ਨੇ। ਨਾਜ਼ਰੀਨ ਇਹ ਵੇਖ ਸਕਦੇ ਨੇ ਇਹ ਸਾਦਗੀ ਨਹਿਰ ਦੀ ਪੋਲ ਹੈਗੀ ਹੈ ਤੇ ਇਹ ਬਿਲਕੁਲ ਨਾਲ ਨਹਿਰ ਦੀ ਪਰਲੀ ਸਾਈਡ ਤੇ ਬਾਰਡਰ ਸ਼ੁਰੂ ਹੋ ਜਾਂਦਾ ਤੇ ਉਹ ਸਾਹਮਣੇ ਤੁਹਾਨੂੰ ਪਿੰਡ ਹੈਗਾ ਜਿਹੜਾ ਵਿਖਾਇਆ ਸੀ ਬੂਟਿਆਂ ਦੀ ਉਹਲੀ ਸਾਈਡ ਤੇ। ਤੇ ਇੱਥੋਂ ਜਿਹੜੇ ਜਿਹੜੇ ਮਕਾਮੀ ਹੈਗੇ ਨੇ ਇਹ ਭਾਈ ਹੈਗੇ ਨੇ ਸਾਰੇ ਸਾਡੇ ਨਾਲ ਵੀ ਆਏ ਹੋਏ ਸੀ ਤੇ ਦੱਸ ਰਿਹਾ ਸੀ ਯਾਰ ਇੱਥੇ ਉਹ ਜਿਹੜਾ ਤੂੰ ਦੱਸ ਰਿਹਾ ਵੀ ਸਾਡਾ ਕੁੱਤਾ ਪਰਾਂ ਲੰਘ ਗਿਆ ਸੀ ਜਿਹੜਾ ਫਸਿਆ ਸੀ ਬਾਰਡਰ ਨੇ, ਉਹ ਕੀ ਸੀਨ ਹੈ? ਅਸੀਂ ਇੱਕ ਵਾਰ ਚੌਕੀ ਕਰ ਰਹੇ ਸੀ ਸਾਡਾ ਕੁੱਤਾ। ਅੱਛਾ, ਲੱਗਣ ਲੱਗਾ ਪਰਾਂ ਉਹਦੀ ਸੰਗਲੀ ਫਸ ਗਈ ਤਾਰ ਦੇ ਵਿੱਚ। ਤਾਰ ਦੇ ਵਿੱਚ? ਅੱਛਾ, ਤੋ ਬਾਪ ਚੌਕੀਆਂ ਵਾਲੇ ਨੂੰ ਅਸੀਂ ਆਹ ਹੋ ਕੇ ਜੰਡੀਆਂ ਜੁੰਡੀਆਂ ਉਹਦੇ ਪਰਾਂ ਇੰਡੀਆ ਵਾਲਿਆਂ ਨੂੰ ਦਵਾਈਆਂ। ਨਹੀਂ, ਉਹ ਕੁੱਤਾ ਸੰਗਲੀ ਨਾਲ ਕਿਵੇਂ? ਉਹ ਰਾਖਵਾਂ ਕੁੱਤਾ ਹੈਗਾ ਸੀ ਤੁਹਾਡਾ? ਤਾਰ ਨਾਲ ਫਸ ਗਈ ਸੀ ਫਿਰ ਨਹੀਂ ਉਹਨਾਂ ਨੇ ਆਸਾਨੀ ਨਾਲ ਵਾਪਸ ਦੇ ਦਿੱਤਾ? ਆਪਾਂ ਜਾ ਹੀ ਨੀ ਸਕਦੇ ਉਹਨਾਂ ਦੇ ਕੱਢਾ ਦੂਧ ਖਤਮ ਹੋ ਜਾਂਦੀ ਫਿਰ ਉਧਰ ਜਾਣਾ ਫਜ਼ੂਲ ਹੈ। ਫਿਰ ਉਹ ਇੱਕ ਬੰਦਾ ਗਿਆ ਨਾਲ ਕੁੱਤੇ ਨੂੰ ਬਚਾਉਣੇ। ਲਓ ਨਾਜ਼ਰੀਨ ਵੇਖ ਸਕਦੇ ਨੇ ਬਾਰਡਰ 'ਤੇ ਜਿਹੜੇ ਬੈਠੇ ਨੇ ਬੰਦੇ, ਉਹਨਾਂ ਨੇ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਬਾਈ ਹੋਰ ਜਿਵੇਂ ਕਿ ਤੁਹਾਨੂੰ ਦੱਸ ਰਿਹਾ ਸੀ ਕਿ ਅਸੀਂ ਜਿਹੜਾ ਨਾ ਚੌਕੀ ਕਰਨ ਗਏ ਸੀ ਨਰਮੇ ਦੀ ਬਾਰਡਰ 'ਤੇ ਜ਼ੀਰੋ ਲਾਈਨ ਦੇ ਨਾਲ, ਸਾਡੇ ਪਿਛਲੇ ਸਾਲ ਦਾ ਆਉਂਦੇ ਠੇਕੇ 'ਤੇ ਹੈਗੀ ਸੀ ਜ਼ਮੀਨ ਅਤੇ ਰਾਖਵਾਂ ਕੁੱਤਾ ਹੈਗਾ ਸੀ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਉਹ ਪਰਾਂ ਕ੍ਰਾਸ ਕਰ ਗਿਆ ਸੀ ਜ਼ੀਰੋ ਲਾਈਨ ਅਤੇ ਤਾਰ ਦੇ ਨਾਲ ਨਾਲ ਫਿਰ ਰਿਹਾ ਸੀ ਜਿਹੜਾ ਨਾ ਉਹਦੀ ਸੰਗਲੀ ਜਿਹੜੀ ਹੈਗੀ ਸੀ ਨਾ ਉਹ ਤਾਰ ਦੇ ਨਾਲ ਫਸ ਗਈ ਸੀ ਅਤੇ ਉਹ ਅੜ ਗਿਆ ਸੀ। ਉਹ ਦੱਸ ਰਿਹਾ ਸੀ ਕਿ ਮੈਨੂੰ ਗੱਲ ਸੁਣਾ ਰਿਹਾ ਸੀ, ਮੈਂ ਕਿਤੇ ਆਪਣੇ ਵੀਵਰਾਂ ਨੂੰ ਵੀ ਦੱਸੀਏ ਗੱਲ ਵੀ ਐਵੇਂ ਸੀਨ ਹੋਇਆ ਤੇ ਅਸੀਂ ਚੱਲੇ ਹਾਂ ਹੁਣ ਅੱਗੇ ਕਿਤੇ ਆਪਾਂ ਚੱਲੇ ਹਾਂ ਬਾਰਡਰ ਤੇ ਚੱਲੇ ਹਾਂ। ਹਾਂਜੀ, ਹੁਣ
ਹੁਣ ਬਾਰਡਰ ਤੇ ਹੋਰ ਕੀ ਮਾਹੌਲ ਵਿਖਾਸ ਸਾਨੂੰ ਸਾਨੂੰ ਜ਼ੀਰੋ ਲੈਣ ਤੇ ਉੱਥੇ ਉਹਨਾਂ ਦੇ ਇੰਡੀਆ ਵਾਲਿਆਂ ਦੇ ਘਰ ਵਿਖਾਵਾਂਗੇ ਟਰੈਕਟਰ ਚਲਦੇ ਵਿਖਾਵਾਂਗੇ ਨੀਲੇ ਵਿਖਾਵਾਂਗੇ ਨੀਲੇ ਹੁੰਦੀ ਉਹ ਵਿਖਾਵਾਂਗੇ ਬਸ ਠੀਕ ਹੋ ਨਾਲ ਜੀ ਫਿਰ ਗੱਡੀ ਆਈ ਸੀ ਵਿਖਾਵਾਂਗੇ ਅੱਛਾ ਨਦੀਦ ਹੁਣ ਉਹਨਾਂ ਦੇ ਪਾਣੀ ਪੂਣੀ ਦਾ ਟਾਈਮ ਹੋ ਗਿਆ ਉਧਰੋਂ ਬੰਦੇ ਆਣ ਪਾਣੀ ਲਾਉਂਦੇ ਨੇ ਉੱਥੇ ਆਣ ਦੇ ਨਹੀਂ ਨਹੀਂ ਉਹ ਪਾਣੀ ਨਹੀਂ ਦਿੰਦੇ ਖਾਣਾ ਵਗੈਰਾ ਦੇਣ ਪਾਣੀ ਵਗੈਰਾ ਦੁਪਹਿਰ ਦਾ ਟਾਈਮ ਹੋ ਗਿਆ ਨਾ ਦੁਪਹਿਰ ਦਾ ਟਾਈਮ ਹੋ ਗਿਆ ਡਿਊਟੀ ਵੀ ਚੇਂਜ ਹੁੰਦੀ ਹੈ ਨਾ ਠੀਕ ਹੋ ਗਿਆ ਚੱਲਨੇ ਆ ਇਨਸ਼ਾਅੱਲਾ ਬਾਰਡਰ ਤੇ ਅਸੀਂ ਤੁਹਾਨੂੰ ਮਜ਼ੀਦ ਅੱਗੇ ਚੱਲਦੇ ਵਿਖਾਣੇ ਹੈ ਗਰਮੀ ਬੜੀ ਪੈ ਰਹੀ ਹੈ ਵੇਖ ਸਕਦੇ ਨੇ ਸਾਰੇ ਭਰਾਵਾਂ ਦਾ ਹਾਲ ਕੀ ਹੋਇਆ ਖੜਾ ਇਹ ਤੇ ਨਲਕੇ ਤੋਂ ਉੱਥੇ ਮੂੰਹ ਹੱਥ ਧੋਤਾ ਦੋਨੇ ਹੈ ਦੁਬਾਰੇ ਫਿਰ ਇੱਕ ਵਾਰੀ ਤੇ ਫਿਰ ਆਪਣੇ ਸਫ਼ਰ ਨੂੰ ਰਵਾਨਾ ਹੁੰਦੇ ਹਾਂ ਸਾਡੇ ਨਾਲ ਜੁੜੇ ਰਹੇ ਅਸੀਂ ਤੁਹਾਨੂੰ ਅੱਜ ਬਾਰਡਰ ਦਾ ਫੁੱਲ ਮਾਹੌਲ ਵੀ ਖਾਸ ਹੈ ਤੇ ਬਾਕੀ ਜਿਹੜੇ ਨੇ ਬੱਚੇ ਨਾ ਰਹੇ ਨੇ ਤੇ ਨਹਿਰ ਤੇ ਤੁਹਾਨੂੰ ਉਹ ਵੀ ਵਿਖਾ ਦੇਈਏ ਵੀ ਛੋਟੇ ਛੋਟੇ ਬੱਚੇ ਹੈਗੇ ਨੇ ਤੇ ਸਾਦਗੀ ਕਿਨਾਲ ਕਿਹੜੀ ਵੱਡੀ ਨਹਿਰ ਹੈਗੀ ਹੈ ਇਹ ਵੇਖ ਸਕਦੇ ਨੇ ਚੱਲ ਮਾਰ ਛਾਲ ਏ ਛਾਲ ਮਾਰ ਦੇ ਐ ਵੇਖ ਆ ਬੱਚੇ ਦੀ ਹੁਣ ਛਾਲ ਨਾਜ਼ਰੀ ਵੇਖ ਤਾਂ ਬੁਰਜੀਤ ਨੇ ਵਾਜੇ ਭਾਜੀ ਏ ਉਹ ਤੇਰਾ ਭਲਾ ਹੋ ਜਾਵੇ ਬੱਚਾ ਅੱਛਾ ਨਿੱਕੇ ਹੁੰਦੇ ਯਾਰ ਨਾ ਲੈਂਦੇ ਸੀ ਹੁਣ ਡਰ ਲੱਗਦਾ ਇਹ ਹੈਡ ਤੋਂ ਨਿਕਲੇ ਸੀ ਤੇ ਅਸੀਂ ਨਿਕਲ ਪਏ ਅੱਗੇ ਬਾਰਡਰ ਵਾਲੀ ਸਾਈਡ ਤੇ ਜਿਹੜਾ ਕਿ ਤੁਹਾਨੂੰ ਦੱਸ ਰਿਹਾ ਸੀ ਰਮਿੰਦਰਪੁਰ ਪਿੰਡ ਜਿਹੜਾ ਹੈਗਾ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਹੈਗਾ ਅੱਜ ਤੁਹਾਨੂੰ ਅਸੀਂ ਉਸ ਦਾ ਵਿਜ਼ਿਟ ਕਰਵਾ ਸਕਦੇ ਹਾਂ ਨਜ਼ਦੀਕ ਤੋਂ ਜਿਹੜੇ ਕਿ ਲੋਕ ਬਿਲਕੁਲ ਜਿਹੜਾ ਨਾ ਆਪਣੀ ਫਸਲਾਂ ਦੇ ਵਿੱਚ ਕੰਮ ਕਰ ਰਹੇ ਹੋਣੇ ਨੇ ਇੱਥੇ ਤੁਸੀਂ ਵੇਖ ਸਕਦੇ ਨੇ ਇਹ ਸਾਹਮਣੇ ਇੱਕ ਇੰਡੀਆ ਦਾ ਟਰੈਕਟਰ ਜਾ ਰਿਹਾ ਜਿਹੜਾ ਕਿ ਇਹਦੇ ਨਾਂ ਦਾ ਨਹੀਂ ਸਾਨੂੰ ਇੰਡੀਆ ਤੋਂ ਲੋਕ ਵੇਖ ਰਹੇ ਨੇ ਸਾਨੂੰ ਦੱਸਣ ਵੀ ਇਸ ਟਰੈਕਟਰ ਦਾ ਨਾਂ ਕੀ ਹੈਗਾ ਅਤੇ ਅਸੀਂ ਅੱਗੇ ਤੁਹਾਨੂੰ ਲੈ ਚੱਲਦੇ ਹਾਂ ਇਨਸ਼ਾਅੱਲਾ ਬਾਰਡਰ 'ਤੇ ਅਤੇ ਸਾਡੇ ਨਾਲ ਜੁੜੇ ਰਹੇ ਅਜੇ ਨਾਜ਼ਰੀਨ ਸਾਹਮਣੇ ਤੁਹਾਨੂੰ ਦੋ ਟਾਵਰ ਨਜ਼ਰ ਆ ਰਹੇ ਹੋਣੇ ਨੇ ਜਿਹੜੇ ਕਿ ਇੰਡੀਆ ਦੀ ਚੌਕੀ 'ਤੇ ਹੈਗੇ ਨੇ ਅਤੇ ਸਾਡੇ ਦੋਸਤ ਵੀ ਜਿਹੜੇ ਨੇ ਮੋਬਾਈਲ ਕੈਮਰੇ ਔਨ ਕਰ ਲਏ ਨੇ ਕਿ ਕੈਪਚਰ ਕਰ ਲਵੀਏ ਵੇਖ ਸਕਦੇ ਨੇ ਤੁਸੀਂ ਇਹ ਸਾਹਮਣੇ ਜਿਹੜੀ ਬੁਰਜੀ ਨਜ਼ਰ ਆ ਰਹੀ ਹੈ ਤੁਹਾਨੂੰ ਇਹ ਇੰਡੀਆ ਦੀ ਪਾਕਿਸਤਾਨ ਦੀ ਸਰਹੱਦ ਹੈਗੀ ਹੈ ਸਾਹਮਣੇ ਤੁਸੀਂ ਵੇਖ ਸਕਦੇ ਨੇ ਇੱਕ ਟਰੈਕਟਰ ਫਿਰ ਰਿਹਾ ਇਹ ਅਤੇ ਬਿਲਕੁਲ ਜਿਹੜਾ ਨਾ ਜ਼ੀਰੋ ਲਾਈਨ ਦੇ ਨਾਲ ਨਾਲ ਕੰਮ ਕਰ ਰਿਹਾ ਇਹ ਇਸ ਟਰੈਕਟਰ ਦਾ ਨਾਂ ਸਾਨੂੰ ਦੱਸਣ ਜਿਹੜੇ ਲੋਕ ਇੰਡੀਆ ਤੋਂ ਸਾਡੇ ਬਾਈ ਵੇਖ ਰਹੇ ਨੇ ਅਤੇ ਡਿਸਕਾਂ ਫਿਰ ਰਿਹਾ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਨਾਲ ਅਤੇ ਵੇਖ ਸਕਦੇ ਨੇ ਇੱਥੇ ਇੱਕ ਹੋਰ ਫਿਰ ਰਿਹਾ ਇਹ ਦੂਸਰੀ ਮਸ਼ੀਨ ਫਿਰ ਰਹੀ ਹੈ ਇਹਦੇ 'ਤੇ ਮੇਰੇ ਖਿਆਲ ਨਾਲ ਜਿਵੇਂ ਟਰੈਕਟਰ 'ਤੇ ਕੋਈ ਮਸ਼ੀਨਰੀ ਫਿੱਟ ਕੀਤੀ ਹੋਈ ਜਿਹੜੇ ਕਿ ਅੱਗੇ ਬਾਕਟ ਵੀ ਲੱਗਿਆ ਹੋਇਆ ਅਤੇ ਕਰੇਨ ਟਾਈਪ ਦਾ ਜਿਹੜਾ ਨਾ ਵੇਖ ਸਕਦੇ ਨਾਜ਼ਰੀਨ ਤੁਸੀਂ ਇਹ ਜਿਹੜੀ ਵਿੱਚ ਸੜਕ ਆ ਟੋਭਾ ਨਜ਼ਰ ਆ ਰਿਹਾ ਹੈ ਇੱਥੇ ਇੰਡੀਆ ਅਤੇ ਪਾਕਿਸਤਾਨ ਦੀ ਉਹ ਵੇਖ ਸਕਦੇ ਨਾਲ ਸਰਹੱਦ ਹੈਗੀ ਹੈ ਇਹ ਬੁਰਜੀ ਜਿਹੜੀ ਲੱਗੀ ਹੋਈ ਹੈ ਇੱਥੇ ਆਪਣੀ ਹਦੂਦ ਖਤਮ ਹੋ ਜਾਂਦੀ ਪਾਕਿਸਤਾਨ ਦੀ ਸਾਹਮਣੇ ਤੁਸੀਂ ਵੇਖ ਸਕਦੇ ਨੇ ਇੱਕ ਟਾਵਰ ਵੀ ਨਜ਼ਰ ਆ ਰਿਹਾ ਹੋਣਾ ਤੁਹਾਨੂੰ ਇਹ ਪਰੇ ਉਹਨਾਂ ਦੀ ਇੱਕ ਚੌਕੀ ਹੈਗੀ ਹੈ ਜਿਹੜਾ ਕਿ ਇਹਨਾਂ ਦਾ ਸ਼ਹਿਰ ਪੈ ਜਾਂਦਾ ਗੰਗਾਨਗਰ ਪੂਰੀ ਤਫਸੀਲ ਨਹੀਂ ਅਸੀਂ ਦੱਸ ਸਕਦੇ ਹੈ ਅਤੇ ਬਾਕੀ ਤੁਸੀਂ ਵੇਖ ਸਕਦੇ ਨੇ ਇੰਡੀਆ ਪਾਕਿਸਤਾਨ ਦਾ ਬਾਰਡਰ ਨਾਜ਼ਰੀਨ ਨੇ ਪਰ ਨਾਲ ਨਾਲ ਸਾਰੀ ਨਰਮੇ ਦੀ ਕਾਸ਼ਤ ਕੀਤੀ ਪਈ ਹੈ ਅਤੇ ਸਾਨੂੰ ਇਹ ਵੀ ਦੱਸਣ ਜਿਹੜੇ ਲੋਕ ਇੰਡੀਆ ਤੋਂ ਵੇਖ ਰਹੇ ਸੀ ਸਾਡੇ ਬਾਈ ਵੇਖ ਰਹੇ ਨੇ ਕਿ ਇਹ ਜਿਹੜੀ ਮਸ਼ੀਨਰੀ ਫਿਰ ਰਹੀ ਹੈ ਇਹਦਾ ਕੀ ਨਾਂ ਹੈਗਾ ਇਹਨੂੰ ਕੀ ਆਖਿਆ ਜਾਂਦਾ ਸਾਡੇ ਦਿਰ ਤਾਂ ਕਰੇਨ ਆਖਿਆ ਜਾਂਦਾ ਇਹ ਜਿਵੇਂ ਕਿ ਜਿਹੜਾ ਨਾ ਉਹ ਨਾਰਮਲ ਹੈ ਅੱਜ ਕੱਲ੍ਹ ਟਰੈਕਟਰਾਂ 'ਤੇ ਮਸ਼ੀਨਰੀਆਂ ਲੱਗੀਆਂ ਹੋਈਆਂ ਨੇ ਸਾਡੇ ਵੀ ਇੱਥੇ ਇਹ ਉੱਧਰ ਵੀ ਉਹੀ ਸਿਸਟਮ ਹੈਗਾ ਮੈਂ ਪਹਿਲੇ ਵੀ ਇੱਕ ਦਫ਼ਾ ਵੀਡੀਓ ਦੇ ਵਿੱਚ ਵਿਖਾਈ ਸੀ ਹੋਰ ਜਗ੍ਹਾ 'ਤੇ ਹੋਰ ਪਿੰਡ ਤੋਂ ਉੱਥੇ ਵੀ ਇਹੀ ਕੰਮ ਕਰ ਰਿਹਾ ਸੀ ਅਤੇ ਸਾਨੂੰ ਦੋਸਤ ਦੱਸਣ ਪਰ ਨਾਲ ਨਾਲ ਸਾਨੂੰ ਮਿੰਟਸਾਂ ਦੇ ਵਿੱਚ ਵੀ ਇਹਦਾ ਨਾਂ ਕੀ ਹੈਗਾ ਤੁਸੀਂ ਵੇਖ ਸਕਦੇ ਨੇ ਬਿਲਕੁਲ ਪਰੇ ਨਾਲ ਨਾਲ ਨਰਮੇ ਦੀ ਕਾਸ਼ਤ ਕੀਤੀ ਪਈ ਹੈ ਇੱਕ ਇਹ ਸਾਹਮਣੇ ਨਾਜ਼ਰੀਨ ਵੇਖ ਸਕਦੇ ਨੇ ਤੁਸੀਂ ਇੱਕ ਇੰਡੀਆ ਦੀ ਚੈੱਕ ਪੋਸਟ ਹੈਗੀ ਹੈ ਜਿਹੜੀ ਕਿ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਹੈ ਅਤੇ ਇੱਕ ਫੌਜੀ ਨਾ ਰਿਹਾ ਇੱਥੇ ਨਾਲ ਸੋਲਰ ਪਲੇਟਾਂ ਲੱਗੀਆਂ ਹੋਈਆਂ ਟਿਊਬਵੈੱਲ ਲੱਗਾ ਹੋਇਆ ਉੱਥੇ ਨਾ ਰਿਹਾ ਅਤੇ ਇੱਥੇ ਗੱਡੀ ਆ ਰਹੀ ਸੀ ਅਸੀਂ ਤੁਹਾਨੂੰ ਉਹ ਵੀ ਵਿਖਾਉਣੇ ਹੈ
ਸਾਡੇ ਨਾਲ ਜੁੜੇ ਰਹੇ ਅਜੇ। ਅਤੇ ਦੋਸਤੋ ਰਿਕੁਐਸਟ ਹੈਗੀ ਹੈ ਕਿ ਜਿਹੜਾ ਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ ਤੁਹਾਡੇ ਵਾਸਤੇ, ਭਰਾਵਾਂ ਵਾਸਤੇ। ਬਾਰਡਰ ਦੀਆਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਹਾਂ। ਇਹ ਵੇਖ ਸਕਦੇ ਜਿਹੜੀ ਸੜਕ ਨਜ਼ਰ ਆ ਰਹੀ ਹੈ, 2 acres ਜ਼ਮੀਨ ਜਿਹੜੀ ਪਰੇ ਛੱਡੀ ਪਈ ਹੈ ਇੰਡੀਆ ਦੀ ਹੈਗੀ ਹੈ, ਜਿਹੜੀ ਸੜਕ ਨਜ਼ਰ ਆ ਰਹੀ ਹੈ ਇਹ ਪਾਕਿਸਤਾਨ ਅਤੇ ਇੰਡੀਆ ਦੀ ਸਰਹੱਦ ਹੈਗੀ ਹੈ, ਇਸ ਤੋਂ ਅੱਗੇ ਅਸੀਂ ਨਹੀਂ ਜਾ ਸਕਦੇ ਹੈ। ਅਤੇ ਵੇਖ ਸਕਦੇ ਨੇ ਤੁਸੀਂ, ਉਹ ਫੌਜੀ ਸਾਹਮਣੇ ਫਿਰ ਰਿਹਾ ਹੈ, ਅਤੇ ਇੱਥੇ ਸਾਡੇ ਪਾਕਿਸਤਾਨ ਦੇ ਲੋਕ ਮਾਲ ਵੀ ਚਰਾ ਰਹੇ ਨੇ, ਜਿਹੜਾ ਕਿ ਮਾਲ ਡੰਗਰ ਲੈ ਕੇ ਫਿਰ ਰਹੇ ਨੇ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਨਾਲ। ਇੱਕ ਉਹ ਸਾਹਮਣੇ ਪਿੰਡ ਨਜ਼ਰ ਆ ਰਿਹਾ ਹੋਣਾ ਤੁਹਾਨੂੰ, ਇਹ ਵੇਖ ਸਕਦੇ ਨੇ ਬਿਲਕੁਲ ਤਕਰੀਬਨ 100-150 meters ਦੀ ਦੂਰੀ 'ਤੇ ਲੋਕ ਕੰਮ ਕਰ ਰਹੇ ਨੇ ਆਪਣੇ ਫਸਲਾਂ ਦੇ ਵਿੱਚ, ਜਾਨਵਰ ਲੈ ਕੇ ਫਿਰ ਰਹੇ ਨੇ। ਇਹ ਵੇਖ ਸਕਦੇ ਨਾਜ਼ਰੀਨ ਬਿਲਕੁਲ ਲੱਗੂ ਖੜ੍ਹਾ ਹੈ ਕਿ ਕੋਈ ਜਾਨਵਰ ਜਿਹੜਾ ਨਾ ਇੰਡੀਆ ਦੀ ਸਰਹੱਦ ਨਾ ਕ੍ਰਾਸ ਕਰ ਜਾਏ। ਇਹ ਵੇਖ ਸਕਦੇ ਨੇ ਮਾਲ ਮਵੇਸ਼ੀ ਜਿਹੜਾ ਨਾ ਚਰਾ ਰਹੇ ਨੇ, ਅਤੇ ਸਾਹਮਣੇ ਵੇਖ ਸਕਦੇ ਨੇ ਟਿੱਬੇ ਨਜ਼ਰ ਆ ਰਹੇ ਹੋਣੇ ਨੇ ਤੁਹਾਨੂੰ, ਪਰ ਇਹ ਤਕਰੀਬਨ ਜਿਹੜਾ ਨਾ ਸਾਰਾ ਰਾਜਸਥਾਨ ਦਾ ਇਲਾਕਾ ਪੈ ਜਾਂਦਾ ਹੈ, ਅਤੇ ਕਾਫੀ ਆਬਾਦੀ ਵੀ ਹੈਗੀ ਹੈ ਬਾਰਡਰ ਦੇ ਨਾਲ ਨਾਲ, ਅਤੇ ਗੈਰ ਇਲਾਕਾ ਵੀ ਪਿਆ ਇਹ ਵੇਖ ਸਕਦੇ ਨੇ ਤੁਸੀਂ। ਇਹ ਜਿਹੜੇ 2 acres ਜ਼ਮੀਨ ਵਾਹੀ ਪਈ ਹੈ ਨਾ, ਮਤਲਬ ਕਿ 0 line ਦੇ ਨਾਲ ਨਾਲ ਹੈ ਇਹਨਾਂ ਦੀ, ਇਹ ਇੰਡੀਆ ਦੀ ਹੈਗੀ ਹੈ, ਇੱਥੇ ਵੀ ਕੰਮ ਕਰਦੇ ਨੇ ਲੋਕ ਆਉਣ 'ਤੇ। ਬੰਦਾ ਵੀ ਨਾਤੀ ਜਾਂਦਾ। ਹਾਂ ਬੰਦਾ ਨਾਤੀ ਜਾਂਦਾ, ਅੰਦਰ ਵੜ ਗਿਆ ਉਹ ਨਾਤੀ ਜਾਂਦਾ ਪਲੇਟਾਂ ਦੇ ਕੋਲ ਖਲੋਤਾ। ਪਲੇਟਾਂ ਤੇ ਲੱਗਾ ਟੂਵਲ ਸਾਹਮਣੇ, ਬੰਦਾ ਨਾਤੀ ਵੀ ਆਉਂਦਾ ਪਲੇਟਾਂ ਤੇ ਉਹ ਵੇਖ। ਹਾਂ ਅੱਛਾ, ਇਹ ਪਰਾਂ ਕੀ ਬੀਜਾ ਪਿਆ ਹੈ? ਹਾਂ ਹਾਂ, ਆਹ ਤਿਲੀ ਹੈ, ਪਰਾਂ ਤਿਲੀ ਇੱਕ ਨਰਮਾ ਹੈ, ਨਰਮਾ ਤਿਲੀ ਉਧਰ ਨਰਮਾ ਹੈਗਾ ਜੀ। ਮੋਟਰਸਾਈਕਲ ਤੇ ਸਾਈਕਲ ਵੇਖੇ ਨਾ, ਵੱਡੀ ਟੈਂਕੀ ਵਾਲਾ ਮਰਮਾ ਨੂੰ ਹੈ, ਵੱਡੀ ਟੈਂਕੀ ਵਾਲਾ ਸਾਈਕਲ ਹੈ ਕਾਲਾ। ਇੱਕ ਉਹ ਟਰੈਕਟਰ ਵੀ ਫਿਰ ਰਿਹਾ? ਹਾਂਜੀ, ਟਰੈਕਟਰ ਉਹ ਫਿਰਦਾ ਨੀਲੇ ਕਲਰ ਦਾ। ਇੱਥੇ ਕਿਹੜੇ ਨੀਲੇ ਫਿਰਦੇ ਹੋ ਕਿਤੇ? ਗਏ ਉਹ ਕਹਾਂ ਗਿਆ ਚਲੇ ਉਸਨ ਕਿਧਰੇ? ਬਾਰਡਰ ਦੇ ਪਰੇ ਕੀ ਸ਼ੋਈ ਖੜੀ? ਉਹ ਬੰਦਾ ਨਾਤੀ ਜਾਂਦਾ ਮੈਨਾਂ ਨਾ ਚੌਕੀ ਦੇ ਨਾਲ, ਪਲੇਟਾਂ ਲੱਗੀਆਂ ਨੇ ਉਹਨਾਂ ਦਾ। ਪੰਜੀ ਬੜਾ ਅਜੀਬ ਜੀ ਮੋਟਰਸਾਈਕਲ, ਪੰਜੀ ਮੋਟਰਸਾਈਕਲ ਪੰਜੀ ਰੰਗਾ ਹੀ ਹੈ ਜੀ, ਅਜੀਬ ਜੀ ਕਾਲੇ ਰੰਗ ਨਹੀਂ ਹੈ। ਉਹ ਉਧਰ ਕੁਝ ਹੋਰ ਸੱਦੇ ਨੇ, ਹੁਣ ਕੀ ਸੱਦੇ ਨੇ? ਯਾਮਾ ਨਹੀਂ ਹੈ, ਮਹਿੰਦਰਾ ਹੀ ਨਹੀਂ ਕਾਲੇ, ਮਹਿੰਦਰਾ ਟਰੈਕਟਰ ਦਾ ਨਾਮ ਹੈ ਉਹਨਾਂ ਦਾ, ਟਰੈਕਟਰ ਦਾ ਨਾਮ ਸਾਈਕਲਾਂ ਦਾ ਹੀ ਹੈ। ਕਿਧਰ ਟਰੈਕਟਰ ਹੈ? ਆਓ ਫਿਰ ਰਿਹਾ ਉੱਥੇ ਸਾਹਮਣੇ ਫਿਰ ਰਿਹਾ। ਅੱਛਾ ਯਾਰ, ਆ ਬੰਦੇ ਮਾਲ ਲਈ ਫਿਰਦੇ ਨੇ, ਕੌਣ ਹੈ ਕਿਨੇ? ਮਾਲ ਲਈ ਫਿਰਦੇ ਨੇ ਤਾਂ ਤਾਂ ਅੱਗੂ ਹੁੰਦਾ ਵੀ ਉਹਦੇ ਲੰਘ ਗਿਆ ਤੇ ਮੋੜ ਸਾਹਮਣੇ ਮਾਮਲਾ ਖਰਾਬ। ਜ਼ਮੀਨ ਜਿਹੜੀ ਪਈ ਹੈ ਉਹਨਾਂ ਦੀ ਜਿਹੜੀ ਵਾਹੀ ਪਈ ਹੈ। ਇਹ ਵਿੱਚ ਕੀ ਬੀਜ ਸਨ ਖਬਰ ਇਹਦੇ? ਇੱਥੇ ਕੁਛ ਵੀ ਬੀਜ ਸਕਦੇ ਨੇ। ਵੇਲ ਇੰਡੀਆ ਵਾਲੇ ਕਿਹੜੇ ਸਿਆਣੇ ਨੀ, ਉਹਨਾਂ ਨੇ 1 acre ਵੀ ਛੱਡ ਦੇ ਉਹਨਾਂ ਨੇ ਲੈ ਨਹੀਂ ਆਪਣੀ ਉੱਥੇ ਕਿਤੇ ਆਪਣੇ ਦਾਦੇ ਦੀ ਪਈ ਉੱਥੇ। ਨਾਜ਼ਰੀਨ ਇਹ ਵੇਖ ਸਕਦੇ ਨੇ ਕੀ ਚੀਜ਼ ਹੈਗੀ, ਸਾਨੂੰ ਤੁਸੀਂ ਜ਼ਰਾ ਦੱਸੋ। ਸਾਨੂੰ ਤਾਂ ਇਹਦੇ ਨਾਂ ਦਾ ਨਹੀਂ ਪਤਾ ਹੈਗਾ, ਕਮੈਂਟਸ ਦੇ ਵਿੱਚ ਜਿਹੜੇ ਇੰਡੀਆ ਤੋਂ ਲੋਕ ਵੇਖ ਰਹੇ ਨੇ ਸਾਡੇ ਦੋਸਤ, ਇਹ ਕਰੇਨ ਟਾਈਪ ਦੀ ਹੈਗੀ ਹੈ ਅਤੇ ਲੱਗਦਾ ਮੈਨੂੰ ਟਰੈਕਟਰ ਹੀ ਹੈਗਾ। ਇਹ ਤਾਰਾਂ ਦੇ ਨਾਲ ਨਾਲ ਬਿਲਕੁਲ ਕੰਮ ਕਰ ਰਹੀ ਹੈ, ਅਤੇ ਸਾਨੂੰ ਦੱਸਿਆ ਜੇ ਕੀ ਚੀਜ਼ ਹੈਗੀ ਹੈ। ਇੱਕ ਚੈੱਕ ਪੋਸਟ ਆ ਗਈ ਇੰਡੀਆ ਦੀ ਬਿਲਕੁਲ 0 line ਦੇ ਨਾਲ। ਇਹ ਜਿੱਥੇ ਧੂੜ ਪਟੀ ਰਹੀ ਹੈ ਨਜ਼ਰ ਆ ਰਹੀ ਹੈ, ਇੱਥੇ ਇੱਕ ਟਰੈਕਟਰ ਕੰਮ ਕਰ ਰਿਹਾ ਹੈ।
ਟਰੈਕਟਰ ਨਹੀਂ ਹੈ, ਇੰਡੀਅਨ ਆਰਮੀ ਦੀ ਜੀਪ ਆ ਰਹੀ, ਵੇਖ ਸਕਦੇ ਨਾਜ਼ਰੀਨ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਨਾਲ।